ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ YouTube ਚੈਨਲ ਨੌਲੇਜ ਹੱਬ ਤੇ ਮੈਂ ਤੁਹਾਡਾ ਸਵਾਗਤ ਕਰਦਾ ਵਾਂ। ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ, ਡਿਸਟ੍ਰਿਕਟ ਨੇ ਜਿਹੜੇ ਆਪਣੇ ਕੋਲ ਫਿਰੋਜ਼ਪੁਰ ਅਤੇ ਜਿਹੜਾ ਹੈਗਾ ਫਾਜ਼ਿਲਕਾ, ਇਹਨਾਂ ਦੋਵਾਂ ਦੀ ਆਪਾਂ ਡਿਸਕਸ਼ਨ ਕਰਾਂਗੇ, ਇਹਨਾਂ ਦੇ ਇਤਿਹਾਸ ਬਾਰੇ ਗੱਲ ਕਰਾਂਗੇ। ਸੋ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖਣਾ, ਅਤੇ ਵੀਡੀਓ ਨੂੰ ਅੱਗੇ ਆਪਣੇ ਸਾਰੇ ਦੋਸਤਾਂ ਨਾਲ ਸ਼ੇਅਰ ਕਰ ਦਿਆ ਕਰੋ, ਕਿਉਂਕਿ ਸਭ ਦੇ ਕੰਮ ਆਊਗੀ। ਕਿਸੇ ਨੂੰ ਕੋਈ ਚੀਜ਼ ਚੰਗੀ ਅਤੇ ਨਵੀਂ ਪਤਾ ਲੱਗੂਗੀ ਤਾਂ ਵਧੀਆ ਲੱਗਦਾ। ਸੋ ਸਾਰੇ ਨੋਟਸ ਮੈਂ ਆਪ ਖੁਦ ਆਰਟੀਕਲ ਪੜ੍ਹ ਕੇ ਤਿਆਰ ਕਰਦਾ ਹੁੰਦਾ ਵਾਂ, ਕੋਈ ਵੀ ਕਿਸੇ ਬੁੱਕ 'ਚੋਂ ਕਾਪੀ ਨਹੀਂ ਕੀਤੇ ਹੋਏ। ਸੋ ਜੇਕਰ ਤੁਹਾਨੂੰ ਵੀਡੀਓ ਦੇ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲਦਾ, ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ। ਮੈਨੂੰ ਵੀ ਥੋੜ੍ਹਾ ਹੌਸਲਾ ਜਿਹਾ ਹੋਊਗਾ ਤਾਂ ਮੈਂ ਅੱਗੇ ਤੋਂ ਅੱਗੇ ਹੋਰ ਨਵੀਆਂ ਵੀਡੀਓਜ਼ ਤੁਹਾਨੂੰ ਪ੍ਰੋਵਾਈਡ ਕਰਦਾ ਰਹੂੰਗਾ। ਸੋ ਵੀਡੀਓ ਸ਼ੁਰੂ ਕਰਦੇ ਬਿਨਾਂ ਕਿਸੇ ਦੇਰੀ ਦੇ। ਸੋ ਆਪਣੇ ਕੋਲ ਪਹਿਲੇ, ਹਾਂਜੀ, ਪਹਿਲਾ ਪ੍ਰਸ਼ਨ ਹੈਗਾ ਕਿ ਫਿਰੋਜ਼ਪੁਰ ਸ਼ਹਿਰ ਕਿਸਨੇ ਵਸਾਇਆ ਸੀਗਾ? ਜਿਹੜਾ ਫਿਰੋਜ਼ਪੁਰ ਸ਼ਹਿਰ ਸੀਗਾ ਉਹ 14ਵੀਂ ਸਦੀ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਨੇ ਵਸਾਇਆ ਸੀ। ਇਤਿਹਾਸ ਦੇ ਇੱਕ ਹੋਰ ਵੇਰਵੇ ਅਨੁਸਾਰ ਫਿਰੋਜ਼ਪੁਰ ਸ਼ਹਿਰ ਕਿਸਨੇ ਵਸਾਇਆ ਸੀ? ਇਤਿਹਾਸ ਦਾ ਜੇ ਆਪਾਂ ਇੱਕ ਹੋਰ ਵੇਰਵਾ ਦੇਖੀਏ, ਕੁਝ ਇਤਿਹਾਸਕਾਰ ਮੰਨਦੇ ਨੇ ਕਿ ਭੱਟੀ ਦੇ ਰਾਜੇ ਫਿਰੋਜ਼ਪੁਰ ਖਾਨ ਨੇ ਜਿਹੜਾ ਹੈਗਾ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ, ਬਟ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਇਸ ਨੂੰ ਜੈਨੂਅਨ ਮੰਨਦੇ ਆ, ਅਤੇ ਇਹੀ ਜਿਹੜਾ ਹੈਗਾ ਪੇਪਰ ਦੇ ਵਿੱਚ ਆਉਂਦਾ ਵਾ, ਜਿਸ ਦਾ ਰਾਈਟ ਆਂਸਰ ਇਹ ਹੋਜੂਗਾ ਕਿ 14ਵੀਂ ਸਦੀ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਨੇ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ। 1845 ਪਹਿਲੇ ਅੰਗਰੇਜ਼ ਸਿੱਖ ਯੁੱਧ ਦੌਰਾਨ ਕਿਸ ਤਰ੍ਹਾਂ ਖਾਲਸਾ ਫੌਜ ਬਿਨਾਂ ਕਿਸੇ ਵਿਰੋਧ ਦੇ ਸਤਲੁਜ ਪਾਰ ਕਰਨ ਵਿੱਚ ਕਾਮਯਾਬ ਹੋ ਗਈ ਸੀਗੀ? ਜਿਹੜਾ 1845 ਦੇ ਵਿੱਚ ਪਹਿਲਾ ਸਿੱਖ ਅਤੇ ਅੰਗਰੇਜ਼ਾਂ ਦਾ ਯੁੱਧ ਹੋਇਆ ਸੀਗਾ, ਉਸ ਤਰ੍ਹਾਂ ਖਾਲਸਾ ਫੌਜ ਬਿਨਾਂ ਕਿਸੇ ਵਿਰੋਧ ਦੇ ਜਿਹੜਾ ਹੈਗਾ ਸਤਲੁਜ ਪਾਰ ਕਰਨ ਵਿੱਚ ਸਫਲ ਕਿਉਂ ਹੋ ਗਈ ਸੀ? ਕਿਉਂਕਿ ਜਿਹੜੇ ਫਿਰੋਜ਼ਪੁਰ ਦੇ ਬ੍ਰਿਟਿਸ਼ ਕਮਾਂਡਰ ਦੀ ਜਿਹੜੀ ਹੈਗੀ ਸੀ ਲਾਪਰਵਾਹੀ ਕਰਕੇ, ਬ੍ਰਿਟਿਸ਼ ਕਮਾਂਡਰ ਸੀ ਜਿਹੜਾ, ਉਸਦੀ ਲਾਪਰਵਾਹੀ ਕਰਕੇ ਜਿਹੜੀ ਹੈਗੀ ਆ ਸਿੱਖ ਫੌਜ ਬਿਨਾਂ ਕਿਸੇ ਹੈਗੀ ਵਿਰੋਧ ਦੇ ਸਤਲੁਜ ਪਾਰ ਕਰਨ ਵਿੱਚ ਕਾਮਯਾਬ ਹੋ ਗਈ ਸੀਗੀ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਤਾਂ ਪਹਿਲੀ ਲੜਾਈ ਕਿੱਥੇ ਹੋਈ ਸੀ? ਜਦੋਂ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦਾ ਐਲਾਨ ਕੀਤਾ ਸੀ ਤਾਂ ਜਿਹੜੀ ਪਹਿਲੀ ਲੜਾਈ ਹੋਈ ਸੀਗੀ ਸਿੱਖ ਅੰਗਰੇਜ਼ਾਂ ਅਤੇ ਯੁੱਧ ਦੀ, ਉਹ ਮੁਦਕੀ ਵਿਖੇ ਹੋਈ ਸੀ ਜੋ ਕਿ ਫਿਰੋਜ਼ਪੁਰ ਤੋਂ 20 ਮੀਲ ਦੱਖਣ ਪੂਰਬ ਵਿੱਚ ਹੈਗਾ। ਮੰਨ ਲਓ ਇਹ ਫਿਰੋਜ਼ਪੁਰ ਆ, ਦੱਖਣ ਇਹ, ਪੂਰਬ ਇਹ, ਤਾਂ ਕਿ ਜਿਹੜਾ ਹੈਗਾ ਇਹ ਫਿਰੋਜ਼ਪੁਰ ਤੋਂ ਦੱਖਣ ਪੂਰਬ ਦੇ ਵਿੱਚ ਇਹ ਮੁਦਕੀ ਹੈਗਾ, ਅਤੇ ਇੱਥੇ ਜਿਹੜੀ ਹੋਈ ਸੀ ਸਿੱਖਾਂ ਦੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੋਈ ਸੀਗੀ। ਉਸ ਤੋਂ ਬਾਅਦ ਅੱਗੇ ਪ੍ਰਸ਼ਨ ਹੈਗਾ ਵਾ ਕਿ ਆਪਣੇ ਕੋਲ ਕਿਸ ਕੇਂਦਰ ਤੋਂ ਬਰਤਾਨਵੀ ਫੌਜੀ ਟੁਕੜੀਆਂ ਪਹਿਲੇ ਅੰਗਰੇਜ਼ ਅਫਗਾਨ ਯੁੱਧ ਲਈ ਕੂਚ ਕਰਦੀਆਂ ਸਨ? ਜਿਹੜਾ ਅੰਗਰੇਜ਼ਾਂ ਅਤੇ ਅਫਗਾਨਾਂ ਦਾ ਯੁੱਧ ਹੋਇਆ ਸੀ, ਬਰਤਾਨਵੀ ਫੌਜਾਂ ਦੀਆਂ ਟੁਕੜੀਆਂ ਕਿੱਥੋਂ ਕੁਝ ਕਰਦੀਆਂ ਸੀਗੀਆਂ, ਤਾਂ ਜਿਹੜਾ ਇਹ ਯੁੱਧ ਹੋਇਆ ਸੀ ਪਹਿਲਾਂ ਤਾਂ 1838 ਦੇ ਵਿੱਚ ਹੋਇਆ ਸੀਗਾ, ਅਤੇ ਫਿਰੋਜ਼ਪੁਰ ਤੋਂ ਜਿਹੜੀਆਂ ਹੈਗੀਆਂ ਸੀ ਉਹ ਟੁਕੜੀਆਂ ਕੁਚ ਕਰਦੀਆਂ ਸੀਗੀਆਂ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਜਿਹੜਾ ਸਾਥੀਆਂ ਨੂੰ ਜਿਹੜਾ ਹੈਗਾ ਰਾਜਗੁਰੂ ਅਤੇ ਸੁਖਦੇਵ ਸਿੰਘ ਜੀ ਦੀ ਜਿਹੜੀਆਂ ਸਮਾਧੀਆਂ ਸੀ ਉਹ ਕਿੱਥੇ ਨੇਗੀਆਂ? ਤਾਂ ਜਿਹੜੀਆਂ ਉਹਨਾਂ ਦੀਆਂ ਸਮਾਧੀਆਂ ਨੇ ਫਿਰੋਜ਼ਪੁਰ ਵਿੱਚ ਸਤਲੁਜ ਦਰਿਆ ਦੇ ਕੰਢੇ 'ਤੇ ਜਿਹੜੀਆਂ ਹੈਗੀਆਂ, ਉਹਨਾਂ ਦੀ ਅੰਤਿਮ ਸੰਸਕਾਰ ਜਿੱਥੇ 23 ਮਾਰਚ 1931 ਨੂੰ ਉਹਨਾਂ ਦਾ ਚੋਰੀ ਚੋਰੀ ਅੰਗਰੇਜ਼ਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਸੀਗਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ, ਅਤੇ ਉਹਨਾਂ ਜਿਹੜੀਆਂ ਸਮਾਧੀਆਂ ਨੇ ਫਿਰੋਜ਼ਪੁਰ ਸ਼ਹਿਰ ਵਿੱਚ ਜਿਹੜੀਆਂ ਹੈਗੀਆਂ ਨੇ ਸਤਲੁਜ ਦਰਿਆ ਦੇ ਕਿਨਾਰੇ ਬਣੀਆਂ ਹੋਈਆਂ ਨੇ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ 21 ਸਿੱਖ ਸੈਨਿਕਾਂ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਬਣਿਆ ਹੋਇਆ? ਸਾਰਾਗੜ੍ਹੀ ਗੁਰਦੁਆਰਾ ਜਿਹੜਾ ਕਿ 21 ਸਿੱਖਾਂ ਦੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ, ਜਿਨ੍ਹਾਂ ਨੇ ਆਪਣੀ ਜਾਨ ਬਲੋਚਿਸਤਾਨ ਵਿੱਚ ਸਥਿਤ ਸਾਰਾਗੜ੍ਹੀ ਵਿਖੇ ਕੁਰਬਾਨ ਕੀਤੀ ਸੀ। ਜਿਹੜੇ ਸਿੱਖ 21 ਸੈਨਿਕ ਸੀ, ਇਹ 21 ਸੈਨਿਕ ਸਿੱਖ ਇਹ ਸਾਰਾਗੜ੍ਹੀ ਜਿਹੜਾ ਬਲੋਚਿਸਤਾਨ ਦੇ ਵਿੱਚ ਸਾਰਾਗੜ੍ਹੀ ਵਿਖੇ ਸਥਾਨ ਹੈ ਜਿਹੜਾ, ਉੱਥੇ ਇਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਜਾਨ ਦੀ ਉਹ ਕੁਰਬਾਨੀ ਦਿੱਤੀ ਸੀਗੀ, ਅਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਫਿਰੋਜ਼ਪੁਰ ਵਿੱਚ ਸਾਰਾਗੜ੍ਹੀ ਗੁਰਦੁਆਰਾ ਬਣਿਆ ਹੋਇਆ ਵਾ। ਸਤਲੁਜ ਦਰਿਆ ਦੇ ਕਿਸ ਜ਼ਿਲ੍ਹੇ ਤੋਂ ਫਿਰੋਜ਼ਪੁਰ ਨੂੰ ਕੁਦਰਤੀ ਤੌਰ 'ਤੇ ਵੱਖ ਕਰਦਾ? ਜਿਹੜਾ ਸਤਲੁਜ ਦਰਿਆ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਤੋਂ ਫਿਰੋਜ਼ਪੁਰ ਨੂੰ ਕੁਦਰਤੀ ਤੌਰ 'ਤੇ ਵੱਖ ਕਰਦਾ? ਨੈਚੁਰਲ ਤੌਰ 'ਤੇ ਵੱਖ ਕਰਦਾ, ਨਾ ਕਿ ਕੋਈ ਆਰਟੀਫਿਸ਼ੀਅਲ ਕਿ ਜਿੱਦਾਂ ਕਿ ਹੁੰਦਾ ਕਿ ਦਰਿਆ ਮੰਨ ਲਓ ਇੱਦਾਂ ਆਉਂਦਾ ਅਤੇ ਉਹਦਾ ਕੁਦਰਤੀ, ਤਾਂ ਇਹ ਬਹਾ ਇਹ ਹੈ, ਇਹ ਉਹਦਾ ਰਾਸਤਾ ਵਾ, ਅਤੇ ਆਰਟੀਫਿਸ਼ੀਅਲ ਕੀ ਹੋ ਜਾਂਦਾ ਕਿ ਇਸ ਬਹਾ ਨੂੰ ਇੱਥੋਂ ਬਦਲ ਕੇ ਇੱਧਰ ਦੀ ਕਰ ਦਿੱਤਾ ਜਾਵੇ, ਜਦਕਿ ਇੱਧਰ ਮਿੱਟੀ ਪਾ ਕੇ ਜਾਂ ਕਿਸੇ ਹੋਰ ਚੀਜ਼ਾਂ ਨਾਲ ਉਸਨੂੰ ਰੋਕ ਦਿੱਤਾ ਜਾਵੇ? ਤਾਂ ਜਿਹੜਾ ਕੁਦਰਤੀ ਤੌਰ 'ਤੇ ਜਿਹੜਾ ਬਹਾ ਹੈਗਾ ਉਹ ਕਪੂਰਥਲੇ ਦੇ ਨਾਲੋਂ ਜਿਹੜਾ ਹੈਗਾ ਫਿਰੋਜ਼ਪੁਰ ਨੂੰ ਵੱਖ ਕਰਦਾ ਵਾ। ਅੱਗੇ ਆ ਕਿ ਸਾਰਾਗੜ੍ਹੀ ਦਿਵਸ ਕਦੋਂ ਮਨਾਇਆ ਜਾਂਦਾ? ਜਿਹੜਾ ਸਾਰਾਗੜ੍ਹੀ ਦਿਵਸ ਹੈਗਾ ਉਹ ਇਸੇ ਨਾਲ ਰਿਲੇਟਡ ਹੈਗਾ। ਸਾਰਾਗੜ੍ਹੀ ਦਿਵਸ ਹੈ ਜਿਹੜਾ 12 ਸਤੰਬਰ ਨੂੰ ਉਹ ਮਨਾਇਆ ਜਾਂਦਾ, ਜਿਹੜੀ ਜੰਗ ਹੋਈ ਸੀਗੀ ਸਾਰਾਗੜ੍ਹੀ ਜੰਗ 1897 ਈਸਵੀ ਦੇ ਵਿੱਚ ਹੋਈ ਸੀਗੀ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਫਿਰੋਜ਼ਪੁਰ ਸ਼ਹਿਰ ਦੇ ਕਿੰਨੇ ਮੁੱਖ ਦਰਵਾਜ਼ੇ ਹਨ? ਫਿਰੋਜ਼ਪੁਰ ਸ਼ਹਿਰ ਦੇ ਜਿਹੜੇ ਮੁੱਖ ਦਰਵਾਜ਼ੇ ਨੇ ਉਹ ਕਿੰਨੇ ਨੇਗੇ, ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਫਿਰੋਜ਼ਪੁਰ ਦੇ ਜਿਹੜੇ ਹੈਗੇ ਨੇ 10 ਦਰਵਾਜ਼ੇ ਹੈਗੇ ਨੇ, ਅਤੇ ਜਿਨ੍ਹਾਂ ਦੇ ਆਪਾਂ ਤੁਹਾਨੂੰ ਮੈਂ ਨਾਮ ਦੱਸ ਦੇਣਾ, ਅੰਮ੍ਰਿਤਸਰੀ ਦਰਵਾਜ਼ਾ, ਵਾਂਸੀ ਦਰਵਾਜ਼ਾ, ਮੱਖੂ ਦਰਵਾਜ਼ਾ, ਜ਼ੀਰਾ ਦਰਵਾਜ਼ਾ, ਬਗਦਾਦੀ ਦਰਵਾਜ਼ਾ, ਮੋਰੀ ਦਰਵਾਜ਼ਾ, ਦਿੱਲੀ ਦਰਵਾਜ਼ਾ, ਮਗਜ਼ਾਨੀ ਦਰਵਾਜ਼ਾ, ਮੁਲਤਾਨੀ ਦਰਵਾਜ਼ਾ ਅਤੇ ਕਸੂਰੀ ਦਰਵਾਜ਼ਾ। ਇਹ ਦਰਵਾਜ਼ੇ ਜਿਹੜੇ ਵੀ ਕਿਸੇ ਸ਼ਹਿਰ ਦੇ ਜਾਂ ਕਿਸੇ ਵੱਡੇ ਸ਼ਹਿਰ ਦੇ ਨਾਲ ਇੱਕ ਦੂਸਰੇ ਨੂੰ ਜੋੜਦੇ ਨੇ, ਉਹ ਮੰਨ ਲਓ ਤੁਸੀਂ
ਇਹਦੇ ਵਿੱਚ ਜਿਹੜੀ ਰਹਿਣ ਵਾਲੀ ਪਾਪੂਲੇਸ਼ਨ ਹੈਗੀ ਅਤੇ ਇਹ ਫਿਰੋਜ਼ਪੁਰ ਸ਼ਹਿਰ ਦਾ ਨਕਸ਼ਾ ਵਾ ਅਤੇ ਇਸ ਦੇ ਵਿੱਚ ਜਿੰਨੀਆਂ ਦਿਸ਼ਾਵਾਂ ਤੋਂ ਜਿਹੜੇ ਸ਼ਹਿਰਾਂ ਤੋਂ ਰੋਡ ਆਉਣਗੇ ਜਾਂ ਰਾਸਤੇ ਆਉਣਗੇ ਉਹਨਾਂ 'ਤੇ ਇੱਕ ਇੱਕ ਗੇਟ ਬਣਿਆ ਹੋਊਗਾ। ਇਹਨੂੰ ਆਲੇ ਦੁਆਲੇ ਬਾਉਂਡਰੀ ਕਰਕੇ ਪਹਿਲਾਂ ਮਹਾਰਾਜਾ ਕੀ ਕਰਦੇ ਸੀ ਕਿਸੇ ਸ਼ਹਿਰ ਦੀ ਬਾਉਂਡਰੀ ਕਰਕੇ ਉਹਦੇ ਵਿੱਚ ਗੇਟ ਰੱਖ ਦਿੰਦੇ ਸੀ। ਮੰਨ ਲਓ ਅੰਮ੍ਰਿਤਸਰ ਵੱਲੋਂ ਆਉਣ ਵਾਲਾ ਦਰਵਾਜ਼ਾ ਇੱਥੇ ਰੱਖ ਦਿੱਤਾ, ਠੀਕ ਹੈ, ਜਿਹੜੇ ਮੁਲਤਾਨ ਅਤੇ ਕਸੂਰ ਵਾਲੇ ਨੇ ਪਾਕਿਸਤਾਨ ਵਾਲੇ ਪਾਸੇ ਉਹ ਇੱਧਰ ਰੱਖ ਦਿੱਤੇ, ਠੀਕ ਹੈ, ਜਿਹੜਾ ਦਿੱਲੀ ਦਾ ਦਰਵਾਜ਼ਾ ਉਹ ਇੱਧਰ ਰੱਖਤਾ ਬਠਿੰਡਾ ਹੋ ਕੇ ਜਿਹੜਾ ਜਾਂਦਾ ਵਾ, ਠੀਕ ਹੈ, ਸਰਸਾ ਹੋ ਕੇ, ਅਤੇ ਮੁਲਤਾਨ ਦਾ ਦਰਵਾਜ਼ਾ ਵੀ ਇੱਧਰ ਰੱਖ ਦਿੱਤਾ। ਸੋ ਜਿਹੜਾ ਜ਼ੀਰਾ ਅਤੇ ਮੱਖੂ ਆ ਉਹ ਮੋਗੇ ਵਾਲੀ ਸਾਈਡ ਰੱਖਤਾ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਸੀਗੇ ਦਰਵਾਜ਼ੇ ਰੱਖ ਦਿੰਦੇ ਸੀ ਉਸਦੀ ਬਾਉਂਡਰੀ ਮਾਰ ਕੇ, ਤਾਂ ਕਿ ਜਿਹੜੇ ਹੈਗੇ ਆ ਵੀ ਜਦੋਂ ਕੋਈ ਹਮਲਾ ਹੋਵੇ ਤਾਂ ਉਹਨਾਂ ਦਰਵਾਜ਼ਿਆਂ ਨੂੰ ਬੰਦ, ਗੇਟ ਬੰਦ ਕਰਕੇ ਜਿਹੜੀ ਹੈਗੀ ਆਪਣੀ ਸ਼ਹਿਰ ਦੀ ਰਖਵਾਲੀ ਉਹ ਕੀਤੀ ਜਾ ਸਕੇ, ਆਪਣੇ ਕਿਲ੍ਹਿਆਂ ਨੂੰ ਜਾਂ ਮਹਿਲਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਓਵਰਵਿਊ 'ਤੇ, ਜਿਹੜੀ ਫਿਰੋਜ਼ਪੁਰ ਜ਼ਿਲ੍ਹੇ ਦੀ ਜਿਹੜੀ ਓਵਰਵਿਊ ਉਹਦੇ 'ਤੇ ਗੱਲ ਕਰਦੇ ਹਾਂ ਤਾਂ ਖੇਤਰਫਲ ਦੇਖੀਏ ਤਾਂ ਇਹਦਾ ਜਿਹੜਾ 5,303 ਵਰਗ ਕਿਲੋਮੀਟਰ ਜਿਹੜਾ ਇਸ ਦਾ ਖੇਤਰਫਲ ਹੈਗਾ ਵਾ, ਜਿਸ ਵਿੱਚੋਂ ਬਾਰਡਰ ਦੇ ਅਧੀਨ ਆਉਂਦਾ ਜਿਹੜਾ 196.63 ਵਰਗ ਕਿਲੋਮੀਟਰ, ਅਤੇ ਉਸ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ ਹੋਣ ਤੋਂ ਪਹਿਲਾਂ ਇਸ ਦਾ ਖੇਤਰਫਲ ਕਿੰਨਾ ਹੁੰਦਾ ਸੀਗਾ, 11,142 ਵਰਗ ਕਿਲੋਮੀਟਰ ਜਿਹੜਾ ਇਸਦਾ ਹੁੰਦਾ ਸੀਗਾ। ਅਤੇ ਪਾਪੂਲੇਸ਼ਨ ਹੈ ਜਿਹੜੀ ਇਸਦੀ ਐਸਟੀਮੇਟਡ ਹੈ, ਕਿਉਂਕਿ ਜਿਹੜਾ ਫਿਰੋਜ਼ਪੁਰ ਦੇ ਵਿੱਚੋਂ ਫਾਜ਼ਿਲਕਾ ਜ਼ਿਲ੍ਹਾ ਵੱਖ ਹੋਇਆ ਉਹ 2011 ਦੀ ਮਰਦਮਸ਼ੁਮਾਰੀ ਤੋਂ ਬਾਅਦ ਹੋਇਆ ਵਾ, ਠੀਕ ਹੈ, ਇਸ ਲਈ ਜਿਹੜੀ ਇਸਦੀ ਪਾਪੂਲੇਸ਼ਨ ਹੈ ਉਹ ਸਿਰਫ ਐਸਟੀਮੇਟਡ ਹੈ। ਅਤੇ ਜਦੋਂ 2021 ਦੀ ਜਨਗਣਨਾ ਮਰਦਮਸ਼ੁਮਾਰੀ ਹੋਊਗੀ ਤਾਂ ਜਿਹੜੀ ਹੈਗੀ ਹੈ ਇਸਦੀ ਰੀਅਲ ਪਾਪੂਲੇਸ਼ਨ ਸਾਹਮਣੇ ਆਊਗੀ, ਬਟ ਜਿਹੜੀ ਐਸਟੀਮੇਟਡ ਪਾਪੂਲੇਸ਼ਨ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਵਾ ਇਹ ਕਿੰਨੀ ਆ, ਉਹ ਹੈਗੀ ਹੈ 10,01,918 ਜਿਹੜੀ ਇਸਦੀ ਹੈਗੀ ਹੈ ਐਸਟੀਮੇਟਡ ਪਾਪੂਲੇਸ਼ਨ ਹੈ। 3 ਤਹਿਸੀਲਾਂ ਨੇ ਇਸਦੀਆਂ, ਫਿਰੋਜ਼ਪੁਰ, ਜ਼ੀਰਾ, ਗੁਰੂ ਹਰ ਸਹਾਏ, ਠੀਕ ਹੈ ਜੀ। ਉਸ ਤੋਂ ਬਾਅਦ ਸਬ ਤਹਿਸੀਲਾਂ ਨੇ ਮੱਖੂ, ਤਲਵੰਡੀ, ਭਾਈ ਮਮਦੋਟ, ਇਹ 3 ਤਹਿਸੀਲਾਂ ਨੇਗੀਆਂ। ਬਲਾਕਾਂ ਦੀ ਗਿਣਤੀ ਕਰੀਏ ਤਾਂ ਬਲਾਕ ਇਸ ਦੇ 6 ਨੇਗੇ, ਕਿਹੜੇ ਕਿਹੜੇ ਨੇ, ਫਿਰੋਜ਼ਪੁਰ, ਘੱਲ ਖੁਰਦ, ਗੁਰੂ ਹਰ ਸਹਾਏ, ਮੱਖੂ, ਦਮਦੋਟ, ਜ਼ੀਰਾ। ਜੇ ਵਿਧਾਨ ਸਭਾ ਚੋਣ ਖੇਤਰ ਦੀ ਗੱਲ ਕਰੀਏ ਤਾਂ ਜਿਹੜੇ ਇਸਦੇ 4 ਵਿਧਾਨ ਸਭਾ ਹਲਕੇ ਨੇਗੇ, ਕਿਹੜੇ ਕਿਹੜੇ ਨੇ, ਫਿਰੋਜ਼ਪੁਰ, ਫਿਰੋਜ਼ਪੁਰ ਪੇਂਡੂ ਜਿਹਨੂੰ ਪਰਬਨ ਕਹਿ ਦਿੰਦੇ ਹਾਂ, ਜ਼ੀਰਾ, ਗੁਰੂ ਹਰ ਸਹਾਏ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸਦੇ ਫਿਰੋਜ਼ਪੁਰ ਦੇ ਜਿਹੜੇ ਹੈਗੇ ਆ ਲੋਕ ਸਭਾ ਖੇਤਰ ਦੀ, ਤਾਂ ਇੱਕ ਇੱਥੇ ਲੋਕ ਸਭਾ ਖੇਤਰ ਹੈਗਾ ਫਿਰੋਜ਼ਪੁਰ, ਲੋਕ ਸਭਾ ਸੀਟ ਹੈਗੀ ਹੈ 1, ਪਿੰਡਾਂ ਦੀ ਗਿਣਤੀ ਹੈਗੀ ਹੈ 699, ਅਤੇ ਗ੍ਰਾਮ ਪੰਚਾਇਤਾਂ ਦੀ ਹੈਗੀ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਦੀ ਉਹ 767, ਅਤੇ ਨਗਰ ਪੰਚਾਇਤਾਂ ਜਾਂ ਨਗਰ ਕੌਂਸਲਾਂ ਜਿਹੜੀਆਂ ਹੈਗੀਆਂ ਨੇ ਉਹ 8 ਨੇਗੀਆਂ, ਜਿਨ੍ਹਾਂ ਵਿੱਚ ਗੁਰੂ ਹਰ ਸਹਾਏ, ਫਿਰੋਜ਼ਪੁਰ ਸਿਟੀ, ਫਿਰੋਜ਼ਪੁਰ ਛਾਉਣੀ, ਮਮਦੋਟ, ਮੁਦਕੀ, ਜ਼ੀਰਾ, ਤਲਵੰਡੀ ਭਾਈ ਅਤੇ ਮੱਖੂ ਜਿਹੜੇ ਹੈਗੇ ਆ ਇਸਦੇ ਨਗਰ ਕੌਂਸਲਾਂ ਦੇ 8 ਜਿਹੜੇ ਹੈਗੇ ਸੈਂਟਰ ਹੈਗੇ ਆ। ਉਸ ਤੋਂ ਬਾਅਦ ਜਿਹੜਾ ਇਸ ਦੀ ਸਾਖਰਤਾ ਦੀ ਗੱਲ ਕਰੀਏ ਤਾਂ 95% ਜਿਹੜੀ ਇੱਥੋਂ ਦੀ ਜਨਤਾ ਹੈਗੀ ਆ ਉਹ ਪੜ੍ਹੀ ਲਿਖੀ ਆ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਸਦੇ ਮੁੱਖ ਰੇਲਵੇ ਰੂਟ ਦੀ ਤਾਂ ਜਿਹੜਾ ਹੈਗਾ ਫਿਰੋਜ਼ਪੁਰ ਮੁੱਖ ਰੇਲਵੇ ਰੂਟ ਹੈਗਾ ਗਾ, ਫਿਰੋਜ਼ਪੁਰ ਬਠਿੰਡਾ ਦਿੱਲੀ, ਠੀਕ ਹੈ ਜੀ, ਫਿਰੋਜ਼ਪੁਰ ਜਲੰਧਰ ਅੰਮ੍ਰਿਤਸਰ, ਠੀਕ ਹੈ ਜੀ, ਉਸ ਤੋਂ ਬਾਅਦ ਫਿਰੋਜ਼ਪੁਰ ਮੋਗਾ ਲੁਧਿਆਣਾ, ਅਤੇ ਫਿਰੋਜ਼ਪੁਰ ਅਬੋਹਰ ਗੰਗਾਨਗਰ, ਇਹ ਜਿਹੜੇ ਹੈਗੇ ਆ 4 ਇੱਥੇ ਜੰਕਸ਼ਨ ਤੋਂ ਆਪਾਂ ਜਿਹੜੀਆਂ ਹੈਗੀਆਂ ਟ੍ਰੇਨਾਂ ਚੇਂਜ ਕਰ ਸਕਦੇ ਹਾਂ, ਜਿਹੜੀਆਂ ਮੇਨ ਰੂਟ ਹੈਗੇ ਆ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤਾਂ ਜਿਹੜੇ ਹੈਗੇ ਨੈਸ਼ਨਲ ਹਾਈਵੇ ਇਹਦੇ ਵਿੱਚ NH5 ਹੈਗਾ, ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਹੁਸੈਨੀਵਾਲਾ ਤੋਂ ਹੋ ਕੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਚੱਲਦਾ ਵਾ ਅਤੇ ਕਾਲਕਾ ਸ਼ਿਮਲਾ ਜਾਂਦਾ, ਇਹ ਕਾਲਕਾ ਸ਼ਿਮਲਾ ਤੋਂ ਅੱਗੇ ਇਹ ਜਾਂਦਾ ਵਾ ਲੇਹ ਲਦਾਖ ਤੱਕ, ਚਾਈਨਾ ਦੇ ਬਾਰਡਰ ਤੱਕ, ਠੀਕ ਹੈ। ਬਟ ਇਸ ਦਾ ਜਿਹੜਾ ਮੇਨ ਹੈੱਡਕੁਆਟਰ ਹੈਗਾ, ਮਤਲਬ ਕਿ ਸਟਾਰਟਿੰਗ ਪੁਆਇੰਟ ਹੈਗਾ ਫਿਰੋਜ਼ਪੁਰ ਹੁਸੈਨੀਵਾਲਾ ਤੋਂ ਲੈ ਕੇ ਸ਼ਿਮਲਾ ਕਾਲਕਾ ਤੱਕ, ਉਸ ਤੋਂ ਅੱਗੇ ਜਿਹੜਾ ਹੈਗਾ ਇਹ ਹਿਮਾਚਲ ਪ੍ਰਦੇਸ਼ ਦੇ ਸਟੇਟ ਅੰਦਰ ਚਲਾ ਜਾਂਦਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ NH 354 ਜਿਹੜਾ ਕਿ ਫਿਰੋਜ਼ਪੁਰ ਤੋਂ ਗੁਰਦਾਸਪੁਰ ਚੱਲਦਾ ਵਾ, ਠੀਕ ਹੈ, ਇਹ ਫਿਰੋਜ਼ਪੁਰ ਤੋਂ ਗੁਰਦਾਸਪੁਰ NH 354 ਚੱਲਦਾ ਵਾ, ਜਿਹੜਾ ਕਿ ਅੱਗੇ ਜਾ ਕੇ NH 54 ਦੇ ਨਾਲ ਪਠਾਨਕੋਟ ਤੋਂ ਅਟੈਚ ਹੋ ਕੇ ਅੱਗੇ ਜੰਮੂ ਕਸ਼ਮੀਰ ਵੱਲ ਚਲਿਆ ਜਾਂਦਾ ਵਾ। ਹਾਂਜੀ, ਹੁਣ ਆਪਾਂ ਗੱਲ ਕਰਾਂਗੇ ਫਾਜ਼ਿਲਕਾ ਜ਼ਿਲ੍ਹੇ ਦੀ, ਫਾਜ਼ਿਲਕਾ ਸ਼ਹਿਰ ਦੀ ਬਹੁਤ ਹੀ ਇੰਟਰਸਟਿੰਗ ਫੈਕਟ ਮਿਲਣਗੇ ਤੁਹਾਨੂੰ ਇਹਦੇ ਵਿੱਚ। ਸੋ ਪਹਿਲਾਂ ਆਪਾਂ ਸ਼ੁਰੂ ਕਰ ਦਿਆਂਗੇ ਫਾਜ਼ਿਲਕਾ ਸ਼ਹਿਰ ਦਾ ਇਤਿਹਾਸ ਹੈ ਜਿਹੜਾ ਉਹ ਕਿੰਨੇ ਸਾਲ ਪੁਰਾਣਾ ਹੈਗਾ ਵਾ। ਜਿਹੜਾ ਫਾਜ਼ਿਲਕਾ ਦਾ ਇਤਿਹਾਸ ਹੈ ਉਹ ਤਕਰੀਬਨ 165 ਸਾਲ ਪੁਰਾਣਾ ਹੈਗਾ। ਪਹਿਲਾਂ ਇਸ ਨੂੰ ਬੰਗਲਾ ਵੀ ਕਿਹਾ ਜਾਂਦਾ ਸੀ, ਇਸ ਨੂੰ ਬੰਗਲਾ ਕਿਉਂ ਕਿਹਾ ਜਾਂਦਾ ਸੀ ਉਹ ਮੈਂ ਤੁਹਾਨੂੰ ਅੱਗੇ ਦੱਸੂੰਗਾ। ਸੋ ਫਾਜ਼ਿਲਕਾ ਸ਼ਹਿਰ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਫਾਜ਼ਿਲਕਾ ਸ਼ਹਿਰ ਦੀ ਸਥਾਪਨਾ 1844 ਈਸਵੀ ਦੇ ਵਿੱਚ ਅੰਗਰੇਜ਼ਾਂ ਦੁਆਰਾ ਕੀਤੀ ਗਈ ਸੀ। ਜਿਹੜਾ ਅੰਗਰੇਜ਼ਾਂ ਦਾ ਪਹਿਲਾ ਸ਼ਾਸਕ ਸੀ ਇੱਥੇ ਨਿਯੁਕਤ ਹੋਇਆ ਸੀਗਾ ਉਹ ਓਲੀਵਰ ਸੀਗਾ, ਜਿਸਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ। ਅਤੇ ਫਾਜ਼ਿਲਕਾ ਦਾ ਨਾਮ, ਫਾਜ਼ਿਲਕਾ ਕਿਸ ਦੇ ਨਾਮ 'ਤੇ ਪਿਆ ਹੈਗਾ? ਫਾਜ਼ਿਲਕਾ ਦਾ ਨਾਮ ਹੈ ਜਿਹੜਾ ਉਹ ਮੀਆਂ ਫਜ਼ਲ ਵਾਤੂ ਦੇ ਨਾਮ 'ਤੇ ਪਿਆ ਵਾ, ਜਿਹੜੀ ਕਿ ਇੱਕ ਸੂਫੀ ਫਕੀਰ ਹੋਏ ਨੇਗੇ। ਉਹ ਆ ਗਿਆ ਅੱਗੇ ਪ੍ਰਸ਼ਨ ਕਿ ਇਸਦਾ ਉਪਨਾਮ ਹੈ ਜਿਹੜਾ ਬੰਗਲਾ ਕਿਉਂ ਪਿਆ?
ਤਾਂ ਫਾਜ਼ਿਲਕਾ ਦਾ ਉਪਨਾਮ ਬੰਗਲਾ ਇਸ ਲਈ ਪਿਆ ਕਿਉਂਕਿ ਜਿਹੜਾ ਅੰਗਰੇਜ਼ਾਂ ਦੇ ਇਸ ਦੀ ਸਥਾਪਨਾ ਕਰਨ ਤੋਂ ਬਾਅਦ ਇੱਥੋਂ ਦਾ ਜਿਹੜਾ ਪਹਿਲਾ ਅਫਸਰ ਸੀਗਾ ਇਸ ਦੀ ਦੇਖ ਰੇਖ ਕਰਨ ਵਾਲਾ ਇੱਥੋਂ ਦਾ ਮੇਅਰ ਸੀਗਾ ਅਤੇ ਵੈਨ ਐਗਨਿਓ ਸੀਗਾ ਜਿਹੜਾ ਉਸਨੇ ਜਿਹੜਾ ਹੈਗਾ ਇਸ ਸ਼ਹਿਰ ਦੇ ਵਿਚਕਾਰ ਇੱਕ ਬੰਗਲਾ ਬਣਵਾਇਆ ਸੀ ਜਿਹੜਾ ਕਿ ਬੰਗਲਾ ਉਹਨੇ ਆਪਣੇ ਆਪ ਤਿਆਰ ਕੀਤਾ ਸੀ ਮਤਲਬ ਕਿ ਆਰਟੀਫਿਸ਼ੀਅਲ ਤੌਰ 'ਤੇ ਆਪ ਖੁਦ ਤਿਆਰ ਕੀਤਾ ਸੀਗਾ ਜਿਸ ਕਰਕੇ ਹੌਲੀ ਹੌਲੀ ਉਸ ਬੰਗਲੇ ਦੇ ਨਾਮ ਤੋਂ ਇਸ ਨੂੰ ਬੰਗਲਾ ਸ਼ਹਿਰ ਵੀ ਕਿਹਾ ਜਾਣ ਲੱਗ ਪਿਆ। ਇਸ ਬੰਗਲੇ ਵਿੱਚ ਜੇ ਆਪਾਂ ਅਜੋਕੀ ਗੱਲ ਕਰੀਏ ਤਾਂ ਅੱਜ ਦੇ ਵਿੱਚ ਅੱਜ ਕੱਲ੍ਹ ਜਿਹੜੀ ਹੈਗੀ ਹੈ ਸਬ ਡਿਵੀਜ਼ਨ ਅਫਸਰ ਸਿਵਲ ਫਾਜ਼ਿਲਕਾ ਦਾ ਦਫ਼ਤਰ ਇੱਥੇ ਉਪਸਥਿਤ ਹੈਗਾ ਵਾ। ਉਸ ਤੋਂ ਬਾਅਦ ਹੈਗਾ ਕਿ ਭਿਆਨਕ ਹੜ੍ਹਾਂ ਕਰਕੇ ਫਾਜ਼ਿਲਕਾ ਕਦੋਂ ਤਬਾਹ ਹੋਇਆ। ਇੱਕ ਵਾਰ ਜਿਹੜੇ ਹੈਗੇ ਆ 1908 ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਭਿਆਨਕ ਹੜ੍ਹ ਆਉਣ ਕਰਕੇ ਸਾਰਾ ਸ਼ਹਿਰ ਤਬਾਹ ਹੋ ਗਿਆ ਸੀ ਜਿਸ ਕਰਕੇ ਇਸ ਨੂੰ ਵਾਪਸ ਜਿਹੜਾ ਰੀਨਿਊ ਕੀਤਾ ਗਿਆ ਸੀਗਾ, ਵਾਪਸ ਇਸ ਦੀ ਜਿਹੜੀ ਹੈਗੀ ਆ ਕੰਸਟਰਕਸ਼ਨ ਕੀਤੀ ਗਈ ਸੀ। 1908 ਦੇ ਵਿੱਚ ਭਿਆਨਕ ਹੜ੍ਹਾਂ ਕਰਕੇ ਇਹ ਸ਼ਹਿਰ ਤਬਾਹ ਹੋ ਗਿਆ ਸੀਗਾ। ਫਾਜ਼ਿਲਕਾ ਸ਼ਹਿਰ ਦੀ ਪਹਿਲੀ ਰੇਲਵੇ ਲਾਈਨ ਕਦੋਂ ਅਤੇ ਕਿਸ ਮੌਕੇ 'ਤੇ ਬਣਾਈ ਗਈ ਸੀ? ਜਿਹੜੀ ਫਾਜ਼ਿਲਕਾ ਦੀ ਪਹਿਲੀ ਰੇਲਵੇ ਲਾਈਨ ਸੀਗੀ ਉਹ 1898 ਵਿੱਚ ਮਹਾਰਾਣੀ ਵਿਕਟੋਰੀਆ ਦੇ ਗੱਠਜੋੜ ਡਾਇਮੰਡ ਜੁਬਲੀ ਸਮਾਰੋਹ 'ਤੇ ਜਿਹੜੀ ਹੈਗੀ ਆ 1898 ਦੇ ਵਿੱਚ ਹੈਗੀ ਇਹ ਰੇਲਵੇ ਲਾਈਨ ਬਣਾਈ ਗਈ ਸੀ। ਵਿਕਟੋਰੀਆ ਸੀ ਜਿਹੜੀ ਮਹਾਰਾਣੀ ਉਹਦੇ ਗੱਠਜੋੜ ਦੇ ਡਾਇਮੰਡ ਜੁਬਲੀ ਸਮਾਰੋਹ 'ਤੇ, ਇਹਨਾਂ ਦਾ ਡਾਇਮੰਡ ਸਮਾਰੋਹ ਹੁੰਦਾ ਹੋਣਾ ਡਾਇਮੰਡ ਜੁਬਲੀ, ਉਸ ਸਮਾਰੋਹ 'ਤੇ ਜਿਹੜੀ ਹੈਗੀ ਆ ਇਸਦੀ ਮੌਕੇ 'ਤੇ ਇਸਦੀ ਲਾਈਨ ਹੈ ਜਿਹੜੀ ਉਹ ਉਦਘਾਟਨ ਕੀਤਾ ਗਿਆ ਸੀਗਾ। ਫਾਜ਼ਿਲਕਾ ਨੂੰ ਕਿਹੜੇ ਜੰਗੀ ਹਾਲਾਤਾਂ ਦੀ ਮਾਰ ਝੱਲਣੀ ਪਈ ਆ? ਜਿਹੜੀ ਫਾਜ਼ਿਲਕਾ ਸ਼ਹਿਰ ਆ ਇਹ ਜਿਹੜਾ ਹੈਗਾ ਕਿ ਤਕਰੀਬਨ ਪਾਕਿਸਤਾਨ ਵਾਲੇ ਬਾਰਡਰ ਤੋਂ 11 ਕਿਲੋਮੀਟਰ ਇਹ ਜਿਹੜਾ ਹੈਗਾ ਗਾ ਅੰਦਰ ਆ ਵਾ, ਅਤੇ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਬਾਰਡਰ 'ਤੇ ਹੈਗਾ ਪਾਕਿਸਤਾਨ ਅਤੇ ਇੰਡੀਆ ਦੇ ਬਾਰਡਰ 'ਤੇ ਆ, ਜਿਸ ਕਰਕੇ ਜਿਹੜੀ ਇੱਥੇ ਹੈਗੀ ਸੀ 1965 ਅਤੇ 1971 ਦੇ ਜਿਹੜੇ ਦੋ ਜੰਗੀ ਇੰਡੋ ਪਾਕ ਜੰਗਾਂ ਹੋਈਆਂ ਸੀਗੀਆਂ ਉਹਨਾਂ ਦੀ ਇਸ ਨੂੰ ਮਾਰ ਝੱਲਣੀ ਪਈ ਆ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਵਾ, ਉਸ ਤੋਂ ਬਾਅਦ ਪ੍ਰਸ਼ਨ ਬਣਦਾ ਵਾ ਕਿ ਭਾਰਤ ਪਾਕ ਦੀ ਵੰਡ ਤੋਂ ਪਹਿਲਾਂ ਫਾਜ਼ਿਲਕਾ ਕੀ ਸੀਗਾ? ਜਦੋਂ 1947 ਤੋਂ ਪਹਿਲਾਂ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀਗੀ ਤਾਂ ਉਦੋਂ ਜਿਹੜਾ ਹੈਗਾ ਫਾਜ਼ਿਲਕਾ ਦੇਸ਼ ਦਾ ਸਭ ਤੋਂ ਵੱਡਾ ਉੱਨ ਬਾਜ਼ਾਰ ਹੁੰਦਾ ਸੀਗਾ। ਠੀਕ ਹੈ ਜੀ, ਏਸ਼ੀਆ ਦਾ ਸਭ ਤੋਂ ਵੱਡਾ ਦੂਸਰਾ ਟੀਵੀ ਟਾਵਰ ਘਰ ਕਿੱਥੇ ਹੈ? ਤਾਂ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਜੀ ਕਿ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੇ ਵਿੱਚ ਜੇ ਪੁੱਛਿਆ ਜਾਊਗਾ ਤਾਂ ਇਹ ਜ਼ਰੂਰ ਕੁਸ਼ਚਨ ਆਊਗਾ ਕਿ ਫਾਜ਼ਿਲਕਾ ਵਿੱਚ 305 ਮੀਟਰ ਉੱਚਾ ਜਿਹੜਾ ਇੱਕ ਟੀਵੀ ਟਾਵਰ ਹੈਗਾ ਜਿਹੜਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਦੂਸਰਾ ਸੈਕਿੰਡ ਨੰਬਰ 'ਤੇ ਆਉਂਦਾ ਇਹ ਏਸ਼ੀਆ ਦੇ ਵਿੱਚ। ਠੀਕ ਹੈ, ਜੋ ਕਿ ਪੰਜਾਬ ਦੇ ਵਿੱਚ ਹੈਗਾ ਵਾ। ਅਤੇ ਇੱਕ ਤੁਹਾਨੂੰ ਮੈਂ ਦੱਸ ਦੇਵਾਂ, ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਅਨਾਜ ਮੰਡੀ ਜਿਹੜੀ ਹੈਗੀ ਆ ਉਹ ਖੰਨਾ ਦੀ ਅਨਾਜ ਮੰਡੀ ਹੈਗੀ ਆ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਜਿਹੜੀ ਉਹ ਖੰਨਾ ਦੀ ਅਨਾਜ ਮੰਡੀ ਹੈਗੀ ਆ। ਅਤੇ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਫਿਰੋਜ਼ਪੁਰ ਜਿਹੜਾ ਹੈਗਾ ਫਾਜ਼ਿਲਕਾ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਵੱਖ ਕਦੋਂ ਹੋਇਆ ਸੀ? ਮਤਲਬ ਕਿ ਫਾਜ਼ਿਲਕਾ ਸ਼ਹਿਰ ਸੋਰੀ ਜ਼ਿਲ੍ਹਾ ਹੋਂਦ ਵਿੱਚ ਕਦੋਂ ਆਇਆ? ਤਾਂ 27 ਜੁਲਾਈ 2011 ਨੂੰ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਦੋ ਜ਼ਿਲ੍ਹੇ ਬਣੇ ਸੀ, ਇੱਕ ਤਾਂ ਗੁਰਦਾਸਪੁਰ ਤੋਂ ਪਠਾਨਕੋਟ ਵੱਖ ਹੋਇਆ ਸੀਗਾ। ਠੀਕ ਹੈ ਜੀ, ਅਤੇ ਫਾਜ਼ਿਲਕਾ ਹੈਗਾ ਜਿਹੜਾ ਫਿਰੋਜ਼ਪੁਰ ਤੋਂ ਅਲੱਗ ਹੋਇਆ ਸੀਗਾ, ਇਹ ਹੋਇਆ ਸੀ 27 ਜੁਲਾਈ 2011। ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਮਰਦਮਸ਼ੁਮਾਰੀ ਹੋਈ ਸੀਗੀ ਉਹ 2011 ਦੀ, ਉਹ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਹੈਗਾ ਫਾਜ਼ਿਲਕਾ ਤੋਂ ਵੱਖ ਹੋਣ ਤੋਂ ਪਹਿਲਾਂ ਇਸ ਦੀ ਮਰਦਮਸ਼ੁਮਾਰੀ ਹੋਈ ਸੀ। ਅਤੇ ਨਾ ਤਾਂ ਹੁਣ ਇਸ ਦੇ ਕਰੰਟ ਅੰਕੜੇ ਫਾਜ਼ਿਲਕਾ ਦੇ ਮਿਲਣਗੇ ਤੁਹਾਨੂੰ ਜਨਸੰਖਿਆ ਦੇ, ਅਤੇ ਨਾ ਹੀ ਫਿਰੋਜ਼ਪੁਰ ਦੇ। ਜਿਹੜੇ ਵੀ ਅੰਕੜੇ ਹੋਣਗੇ ਉਹ ਜਾਂ ਤਾਂ ਐਸਟੀਮੇਟਡ ਹੋਣਗੇ ਜਾਂ ਫਿਰ ਦੋਨੇ ਜ਼ਿਲ੍ਹਿਆਂ ਦੇ ਕਾਊਂਟ ਹੋ ਕੇ ਇੱਕ ਹੋਣਗੇ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਫਾਜ਼ਿਲਕਾ ਅਤੇ ਓਵਰ ਨੂੰ ਹਰਿਆਣਾ ਵਿੱਚ ਸ਼ਾਮਲ ਕਰਨ ਦੀ ਗੱਲ ਕਦੋਂ ਹੋਈ ਸੀਗੀ? ਅਤੇ ਜਨਵਰੀ 29, 1970 ਨੂੰ ਜਿਹੜੀ ਇੰਦਰਾ ਗਾਂਧੀ ਆ ਉਸ ਸਮੇਂ ਪ੍ਰਧਾਨ ਮੰਤਰੀ ਸੀਗੀ ਦੇਸ਼ ਦੀ। ਠੀਕ ਹੈ, ਉਹਨਾਂ ਨੇ ਜਿਹੜਾ ਹੈਗਾ ਸੀ ਇਹ ਸੋਚਿਆ ਸੀਗਾ ਕਿ ਹਰਿਆਣਾ ਦੇ ਵਿੱਚ ਫਾਜ਼ਿਲਕਾ ਅਤੇ ਓਵਰ ਨੂੰ ਸ਼ਾਮਲ ਕਰ ਲਵਾਂਗੇ, ਪਰ ਹਰਿਆਣਾ ਵਿੱਚ ਸ਼ਾਮਲ ਕਰਨ ਤੋਂ ਮਨ੍ਹਾ ਕਿਉਂ ਕਰ ਦਿੱਤਾ ਗਿਆ? ਜਿਹੜਾ ਹੈਗਾ ਸੀ ਬਾਅਦ ਵਿੱਚ ਇਸ ਨੂੰ ਹਰਿਆਣਾ ਵਿੱਚ ਸ਼ਾਮਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀਗਾ। ਕਿਉਂ ਕਰ ਦਿੱਤਾ ਸੀਗਾ? ਕਿ ਕਿਉਂਕਿ ਜਿਹੜਾ ਇਹਨਾਂ ਦਾ ਕੋਈ ਵੀ ਜਿਹੜਾ ਹੈਗਾ ਧਰਤੀ ਪੱਖੋਂ ਦੇਖੀਏ ਕੋਈ ਵੀ ਇਹਨਾਂ ਦਾ ਹਿੱਸਾ ਹਰਿਆਣੇ ਦੇ ਨਾਲ ਨਹੀਂ ਲੱਗਦਾ। ਠੀਕ ਹੈ, ਕੋਈ ਵੀ ਇਹਨਾਂ ਦੀ ਜਿਹੜੀ ਹੱਦ ਹੈ ਹਰਿਆਣੇ ਦੇ ਬਾਰਡਰ ਨਾਲ ਨਹੀਂ ਲੱਗਦੀ। ਅਤੇ ਜਨਵਰੀ 25, 1975 ਨੂੰ ਇਹ ਜਿਹੜਾ ਪ੍ਰਸਤਾਵ ਹੈ ਇੰਦਰਾ ਗਾਂਧੀ ਦਾ ਉਹ ਖਾਰਜ ਕਰ ਦਿੱਤਾ ਗਿਆ ਸੀਗਾ। ਫਾਜ਼ਿਲਕਾ ਅਤੇ ਹੋਰ ਨੂੰ ਹਰਿਆਣੇ ਵਿੱਚ ਸ਼ਾਮਲ ਕਰਨ ਦੀ ਗੱਲ ਹੈ ਜਿਹੜੀ ਉਹਨਾਂ ਦੀ ਵਾਪਸ ਦੇ ਦਿੱਤੀ ਗਈ ਸੀਗੀ, ਕਿਉਂਕਿ ਜਿਹੜਾ ਹੈਗਾ ਆਪਣੇ ਕੋਲ ਫਾਜ਼ਿਲਕਾ ਅਤੇ ਅਬੋਹਰ ਉਹਨਾਂ ਦੀ ਕੋਈ ਵੀ ਸਰਹੱਦ ਆ ਜਿਹੜੀ ਉਹ ਹਰਿਆਣੇ ਦੇ ਨਾਲ ਅਟੈਚ ਨਹੀਂ ਕਰਦੀ, ਜਿਸ ਕਰਕੇ ਇਸ ਨੂੰ ਹਰਿਆਣੇ ਦੇ ਵਿੱਚ ਅਟੈਚ ਕਰਨਾ ਬਹੁਤ ਹੀ ਜ਼ਿਆਦਾ ਔਖਾ ਸੀਗਾ, ਅਤੇ ਇਸ ਲਈ ਇਸ ਨੂੰ ਪੰਜਾਬ ਦਾ ਹਿੱਸਾ ਰਹਿਣ ਦਿੱਤਾ ਗਿਆ। ਠੀਕ ਹੈ, ਹੁਣ ਆਪਾਂ ਇਸ ਦੀ ਗੱਲ ਕਰਦੇ ਹਾਂ ਓਵਰਵਿਊ ਦੀ। ਖੇਤਰਫਲ ਜਿਹੜਾ ਹੈਗਾ 3113 ਵਰਗ ਕਿਲੋਮੀਟਰ ਹੈਗਾ। ਆਬਾਦੀ ਉਹੀ ਐਸਟੀਮੇਟਡ ਹੈ, ਐਸਟੀਮੇਟਡ ਆ, ਆਪਾਂ ਕੋਈ ਵੀ ਪੱਕਾ ਅੰਦਾਜ਼ਾ ਲਾ ਕੇ ਨਹੀਂ ਕਹਿ ਸਕਦੇ ਹੈਗੇ, ਐਸਟੀਮੇਟਡ ਹੈ ਕਿਉਂਕਿ ਜਿਹੜਾ ਇਹ ਜ਼ਿਲ੍ਹਾ ਹੈਗਾ 2011 ਦੀ ਮਰਦਮਸ਼ੁਮਾਰੀ ਤੋਂ ਬਾਅਦ ਬਣਿਆ ਸੀਗਾ, ਅਤੇ ਹਾਲੇ ਤੱਕ ਜਿਹੜੀ ਮਰਦਮਸ਼ੁਮਾਰੀ 2021 ਦੀ ਉਹ ਪੈਂਡਿੰਗ ਪਈ ਆ ਹੋਈ ਨਹੀਂ ਕਰੋਨਾ ਵਾਇਰਸ ਕਰਕੇ। ਠੀਕ ਹੈ, ਕੋਈ ਵੀ ਇੱਦਾਂ ਦਾ ਕੋਈ ਕੰਮ ਨਹੀਂ ਹੋਇਆ। ਮਰਦਮਸ਼ੁਮਾਰੀ ਜਦੋਂ ਵੀ ਹੋਊਗੀ ਤਾਂ ਇਹਨਾਂ ਦੇ ਜਿਹੜੇ ਕਰੰਟ ਅੰਕੜੇ ਹੋਣਗੇ ਉਹ ਜ਼ਰੂਰ ਆਉਣਗੇ, ਅਤੇ
वैसे आबादी इसकी जी है 11,80,483 जी इसकी आबादी है। पांच ब्लाक ने अबोर, अरनीवाल, फाजिलका, जलालाबाद, खुईयां सरवर, पांच ब्लाक ने इसके। उस तो बाद आप गल करते हैं सब डिवीजनों की, तीन सब डिवीजन ने अबोर, फाजिलका, जलालाबाद। ठीक है जी, फाजिलका दे नगरपालिका जी फाजिलका दे दो नेगियां, फाजिलका ते अबोर। पिंडां दी गिनती जे देखिए 315 हैगी है। इत्थे लोक सभा हलका जिहड़ा इसदा फिरोजपुर नाल काउंट हुंदा। एक मैं तुहानूं गल दस दवां, जिवें संगरूर तों वक्ख होइआ बरनाला, मानसा जिहड़ा हैगा बठिंडे तों वक्ख होइआ, ते मानसा दी जिहड़ी हैगी लोक सभा सीट उह बठिंडे नाल काउंट होऊगी, ते जिहड़ी संगरूर बरनाले दी लोक सभा सीट आ उह संगरूर नाल काउंट होऊगी। इसी तरह जिहड़ा फिरोजपुर तों वक्ख होइआ फाजिलका, तां जिहड़ी फाजिलका दी लोक सभा सीट होगी उह फिरोजपुर दे नाल ही काउंट होऊगी। विधान सभा हल्के किहड़े किहड़े ने इस दे विच, तां अबोर, बल्लू, फाजिलका, जलालाबाद जिहड़े हैगे चार विधानसभा हल्के हैगे आ। ते उस तो बाद आप गल करते हैं मुख्य रेलवे रूट की, जिहड़े इसते मुख्य रेलवे रूट हैगे ने, वो हैगा फाजिलका फिरोजपुर, ठीक है जी, फाजिलका कोटकपूरा, ठीक है, ते फाजिलका गंगानगर हनुमानगढ़ जिहड़ा हैगा इसते मुख्य रेलवे रूट हैगे ने। नैशनल हाईवे की गल करिए जिहड़ा अपना हैगा फाजिलका, ये नैशनल हाईवे NH 7 ते जिहड़ा हैगा, जो कि फाजिलका तो ऋषिकेश जांदा वा, फाजिलका तो होके वह बठिंडा, बठिंडा फाजिलका तो बठिंडा, बठिंडा तो मानसा, सॉरी बरनाला, बरनाला तो संगरूर, संगरूर तो पटियाला, पटियाला तो राजपुरा, चंडीगढ़ अगे होके ऋषिकेश वह जांदा वा। सो दोस्तों ये सीगा दो जिले फाजिलका ते फिरोजपुर, ठीक है, जिन्हों का इतिहास भी थोड़ा मैं दसिया। तो वीडियो जो चंगी लगी प्लीज़ अगे जरूर शेयर करना, मेरी यही रिक्वेस्ट है थोनों। तो आई होप थोनों कुछ ना कुछ ये नवं सीखने जरूर मिले होगा।